ਡੀਸੀ ਸਾਹਿਬ ਹੀ ਉਡਾ ਰਹੇ ਹਨ ਨਿਜਮਾਨੀਆਂ ਧੱਜੀਆਂ, ਮਾਮਲਾ ਕੈਪਟਨ ਕੋਲ ਪੁੱਜਾ। ਜਲੰਧਰ ਪਟਿਆਲਾ ਪੰਜਾਬ 'ਚ ਟ੍ਰੈਫਿਕ ਵਿਵਸਥਾ ਦੀ ਦਿਨੋਂ ਦਿਨ ਹਾਲਤ ਵਿਗੜ ਰਹੀ ਹੈ। ਇਸ ਦੇ ਨਤੀਜੇ ਵਜੋਂ ਨਿੱਤ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ, ਜਿਸ ਨਾਲ ਗੱਡੀਆਂ ਦਾ ਨੁਕਸਾਨ ਵੀ ਹੁੰਦਾ ਹੈ ਅਤੇ ਲੋਕਾਂ ਦੀਆਂ ਜਾਨਾਂ ਵੀ ਜਾਂਦੀਆਂ ਹਨ। ਕਈ ਵਾਰ ਤਾਂ ਇਹ ਦੇਖਣ 'ਚ ਆਉਂਦਾ ਹੈ ਕਿ ਆਮ ਲੋਕਾਂ ਦੇ ਨਾਲ ਨਾਲ ਸਰਕਾਰੀ ਮੁਲਾਜ਼ਮ ਅਤੇ ਕਈ ਉੱਚ ਅਧਿਕਾਰੀ ਵੀ ਉਲੰਘਣਾ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਪਟਿਆਲਾ ਤੋਂ ਇੱਕ ਪਾਠਕ ਨੇ ਸੂਚਨਾ ਭੇਜੀ ਹੈ ਕਿ ਜਿਸ 'ਚ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ 'ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦਾ ਅਜਿਹਾ ਹੀ ਮਾਮਲਾ ਲਿਆਂਦਾ ਹੈ। ਉਸ ਵਿਅਕਤੀ ਦਾ ਕਹਿਣਾ ਹੈ ਕਿ ਬਰਸਾਤ ਦੇ ਮੌਸਮ 'ਚ ਪਟਿਆਲਾ ਦੇ ਇੱਕ ਡੀਸੀ ਦੀ ਗੱਡੀ ਨੇ ਸ਼ਰੇਆਮ ਨਿਯਮਾਂ ਨੂੰ ਪਾਸੇ ਰੱਖ ਕੇ ਗਲਤ ਢੰਗ ਨਾਲ ਮੋੜ ਕੱਟ ਲਿਆ, ਜਿਸ ਇਸ ਮਾਮਲੇ ਦੀ ਤਸਵੀਰ ਵੀ ਨਾਲ ਭੇਜੀ ਗਈ ਹੈ। ਉਹਨਾਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ। ਬਿਊਰੋ ਰਿਪੋਰਟ, ਆਵਾਜ਼ ਏ ਕੌਮ ਟੀਵੀ।